ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਮੁਸਲਿਮ ਸਮਾਜ ਦਾ ਦੂਜਾ ਮੱਕਾ ਮੰਨਿਆ ਜਾਂਦਾ ਰੋਜ਼ਾ ਸ਼ਰੀਫ ਜੋ ਫਤਿਹਗੜ੍ਹ ਸਾਹਿਬ 'ਚ ਸਥਿਤ ਹੈ ਉਸਦੇ ਖਲੀਫਾ ਸੈਯਦ ਮੁਹੰਮਦ ਸਾਦਿਕ ਰਜ਼ਾ ਨੇ ਹਮਲੇ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ ਜੋ ਬਹੁਤ ਮੰਦਭਾਗੀ ਘਟਨਾ ਹੈ। ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਕੋਝੀ ਹਰਕਤ ਨਾ ਕਰ ਸਕੇ। ਖਲੀਫਾ ਜੀ, ਜਿਹੜਾ ਨਨਕਾਣਾ ਸਾਹਿਬ ਵਿਖੇ ਹਮਲਾ ਹੋਇਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ, ਜੋ ਕੁਛ ਵੀ ਹੋਇਆ ਹੈਗਾ ਇਹ ਬਹੁਤ ਗਲਤ ਹੋਇਆ ਹੈ ਕਿ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਅਤੇ ਪਾਕਿਸਤਾਨ ਹਕੂਮਤ ਨੂੰ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਉਹ ਇਹਨਾਂ ਐਸੇ ਅਨਾਸਰ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਐਸੇ ਮਾਮਲਾਤ ਨਾ ਹੋਣ ਔਰ ਕਿਸੇ ਕਿਸਮ ਦਾ ਕੋਈ ਕਿਸੇ ਮਾਨਿਟਰੀ ਨੂੰ ਜਾਂ ਕਿਸੇ ਕਿਸਮ ਦਾ ਆਪਣੇ ਤਕਲੀਫ਼ ਨਾ ਪਹੁੰਚੇ। ਖਲੀਫਾ ਜੀ, ਤੁਹਾਨੂੰ ਲੱਗਦਾ ਵੀ ਹਮਲਾ ਕਿਹਨਾਂ ਵੱਲੋਂ ਇਹ ਕੀਤਾ ਗਿਆ ਜੀ, ਗੁਰਦੁਆਰਾ ਸਾਹਿਬ 'ਤੇ ਔਰ ਸਿੱਖਾਂ 'ਤੇ ਜੀ ਉੱਥੇ? ਸਰ, ਇਹ ਸ਼ਰਾਰਤੀ ਅਨਾਸਰ ਹੈ, ਇਹ ਹਰ ਜਗ੍ਹਾ ਹਰ ਜਗ੍ਹਾ ਮੌਜੂਦ ਹੈ। ਤੱਤ ਜਿਹੜੇ ਹੈਗੇ ਐਸੇ ਜਿਹੜੇ ਤੱਤ ਜਿਹੜੇ ਹੈਗੇ ਜੀ ਐਸੇ ਹਾਂਜੀ। ਮੁਸਲਿਮ ਭਾਈਚਾਰੇ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਸਿੱਖਾਂ ਮੁਸਲਿਮ ਬਾਰੇ ਜੀ? ਸਰ, ਮੁਸਲਿਮ ਸਿੱਖਾਂ ਦਾ ਆਪਸ ਨਾਲ ਪਿਆਰ ਮੁਹੱਬਤ ਇਸੇ ਤਰ੍ਹਾਂ ਹੈ ਜੀ, ਹਮੇਸ਼ਾ ਹਮੇਸ਼ਾ ਤੋਂ ਰਿਹਾ ਹੈ ਅਤੇ ਇਨਸ਼ਾਅੱਲਾ ਹੁਣ ਅੱਗੇ ਵੀ ਕਾਇਮ ਰਹੇਗਾ। ਤੇ ਇਹ ਜਿਹੜੇ ਲੋਕ ਜਿਹੜੇ ਨੇ ਇਹ ਚੰਦ ਲੋਕ ਨੇ ਅਤੇ ਹਰ ਜਗ੍ਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈ। ਆਪਣੇ ਸਿਰਫ ਕੋਈ ਨਾ ਕੋਈ ਮਤਲਬ ਹੁੰਦਾ, ਕੋਈ ਨਾ ਕੋਈ ਸਿਆਸਤ ਹੁੰਦੀ ਹੈ ਤੇ ਇਹਨੇ ਲੋਕਾਂ ਦੇ ਖਿਲਾਫ਼ ਸਭ ਤੋਂ ਖਾਸ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ, ਠੀਕ ਹੈ ਜੀ, ਖਲੀਫਾ ਜੀ ਧੰਨਵਾਦ ਜੀ ਤੁਹਾਡਾ ਗੱਲ ਕਰਨ ਤੇ ਜੀ, ਸਤਿ ਸ਼੍ਰੀ ਅਕਾਲ ਜੀ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਘਟਨਾ ਬਾਰੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਤੋਂ ਸਿੱਖ ਅਤੇ ਮੁਸਲਮਾਨਾਂ ਦਾ ਪਿਆਰ ਦੇਖਿਆ ਨਹੀਂ ਜਾ ਰਿਹਾ, ਇਸ ਲਈ ਉਹ ਬੁਖਲਾਹਟ 'ਚ ਅਜਿਹੇ ਕਦਮ ਚੁੱਕ ਰਹੇ ਨੇ। ਅਤੇ ਜਿੰਨਾ ਅਫਸੋਸ ਇਹਦਾ ਸਿੱਖ ਭਾਈਚਾਰੇ ਨੂੰ ਸਾਨੂੰ ਵੀ ਹੈ ਅਤੇ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਹਾਂ ਕਿ ਅਜੇ ਸ਼ਰਾਰਤੀ ਅਨਸਰ ਸਾਰੇ ਪਾਸੇ ਸਾਰੇ ਮੁਲਕਾਂ ਵਿੱਚ ਨੇ ਕਿ ਜੋ ਕਿ ਇਹ ਨਹੀਂ ਚਾਹੁੰਦੇ ਕਿ ਸਿੱਖ ਅਤੇ ਮੁਸਲਮਾਨ ਜਿਹੜੇ ਨਜ਼ਦੀਕੀ ਹੋ ਰਹੀ ਆ ਉਹ ਨੇੜੇ ਆਉਣ ਅਤੇ ਇਹ ਇੱਕ ਸਾਜਿਸ਼ ਦਾ ਹਿੱਸਾ ਵੀ ਹੋ ਸਕਦੇ ਨੇ ਅਤੇ ਅਸੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹ ਸ਼ਰਾਰਤੀ ਅਨਸਰ ਹੈ, ਇਹਨਾਂ ਦਾ ਕੋਈ ਦੀਨ ਧਰਮ ਹੈ ਨਹੀਂ, ਇਹਨਾਂ ਦਾ ਕੰਮ ਸਿਰਫ ਮਾਹੌਲ ਖਰਾਬ ਕਰਨਾ ਅਤੇ ਭਾਈਚਾਰੇ ਨੂੰ ਤੋੜਨਾ। ਇਨਕੋ ਵਹੀ ਸਜ਼ਾ ਦੇਣਾ ਚਾਹੀਏ ਕਿ ਜੋ ਇੱਕ ਮਕਸਦ ਇਹ ਕਿ ਜਰਾਇਮ ਕਰਨੇ ਵਾਲੇ ਕੋ ਦੀ ਜਾਤੀ ਹੈ, ਇਹਨੇ ਜੋ ਵੀ ਕੁਛ ਕਰਾ ਹੈ ਉਹ ਅੱਛਾ ਨਹੀਂ ਕਰਾ, ਚਾਹੇ ਹਮਾਰੇ ਲਈ ਸਿੱਖ ਧਰਮ ਹੋਏ ਜਾਂ ਮੁਸਲਮਾਨ ਧਰਮ ਹੋ ਜਾਂ ਹਿੰਦੂ ਧਰਮ ਹੋਏ, ਹਮ ਹਰ ਧਰਮ ਕੋ ਮਾਨਨੇ ਵਾਲੇ ਇਨਸਾਨ ਹੈ ਔਰ ਹਰ ਧਰਮ ਕੇ ਬੀਚ ਮੇਂ ਰਹਿਣੇ ਵਾਲੇ ਹੈ। ਹਮ ਇਹ ਨਹੀਂ ਚਾਹੇਂਗੇ ਕਿ ਕਿਸੇ ਵੀ ਧਰਮ ਕੋ ਹਮਾਰੀ ਵਜ੍ਹਾ ਸੇ ਜਾਂ ਕਿਸੇ ਔਰ ਕੀ ਵਜ੍ਹਾ ਸੇ ਕੋਈ ਠੇਸ ਪਹੁੰਚੇ। ਹਿੰਦੂ ਧਰਮ ਕੀ ਬੇਟੀਆਂ ਵੀ ਹਮਾਰੀ ਮਾਂ ਬਹਿਨੇ ਔਰ ਹਮਾਰੀ ਬੇਟੀਆਂ ਹੈ, ਸਿੱਖ ਧਰਮ ਕੀ ਬੇਟੀਆਂ ਵੀ ਹਮਾਰੀ ਮਾਂ ਬਹਿਨੇ ਔਰ ਹਮਾਰੀ ਬੇਟੀਆਂ ਹੈ। ਹਮ ਉਨਕੇ ਘਰੋਂ ਮੇਂ ਬੈਠ ਕੇ ਖਾਤੇ ਹੈ ਪੀਤੇ ਹੈ, ਵੋ ਹਮਾਰੇ ਪਾਸ ਆਤੇ ਹੈ ਜਾਤੇ ਹੈ, ਹਮਾਰੀ ਇੱਜ਼ਤ ਕਰਤੇ ਹੈ। ਇਸ ਮਾਹੌਲ ਕੋ ਯੇ ਨਹੀਂ ਚਾਹੇਂਗੇ ਕਿ ਕਿਸੇ ਵੀ ਤਰੀਕੇ ਸੇ ਮਕਸਦ ਇਹ ਕਿ ਗੁਰੂ ਜੀ ਕੇ ਅਸਥਾਨ ਕੇ ਉੱਪਰ ਕੋਈ ਤਰ੍ਹਾਂ ਕੀ ਬਦਤਮੀਜ਼ੀ ਜਾਂ ਉਹ ਕਰੀ ਜਾਏ। ਜਬ ਵੋ ਹਮ ਬਰਦਾਸ਼ਤ ਨਹੀਂ ਕਰ ਸਕਤੇ ਤੋ ਸਰਕਾਰ ਕੋ ਯੇ ਚਾਹੀਏ ਪਾਕਿਸਤਾਨ ਕਿ ਵੋ ਉਨਕੋ ਬਰਦਾਸ਼ਤ ਨਾ ਕਰੇ, ਉਨ੍ਹੇ ਵੋ ਸਜ਼ਾ ਦੇ ਜੋ ਇੱਕ ਗੁਨਾਹਗਾਰ ਕੋ ਦੀ ਜਾਤੀ ਹੈ। ਹਮ ਯਹਾਂ ਪੇ ਭਾਈਚਾਰੇ ਸੇ ਰਹਤੇ ਹੈ, ਸਭ ਆਤੇ ਹੈ ਜਾਤੇ ਹੈ, ਪੂਰਾ ਪੰਜਾਬ ਪੂਰਾ ਇਧਰ ਸੇ ਉਧਰ ਸੇ ਦੁਨੀਆ ਆਤੀ ਜਾਤੀ ਹੈ ਔਰ ਰਹਤੀ ਹੈ ਯਹਾਂ ਪੇ, ਕੋਈ ਪਰੇਸ਼ਾਨੀ ਨਹੀਂ ਹੈ ਕਿਸੇ ਕੋ। ਲੋਕ ਬੰਦੇ ਰਹਿ ਰਹੇ ਅੱਜ ਵੀ ਹਮਾਰੇ ਪਾਸ ਯਹਾਂ ਮੇਲੇ ਮੇਂ ਆਏ ਹੋਏ ਮਹਿਮਾਨ ਜਿੱਤੇ ਪੇ ਹਿੰਦੂ ਧਰਮ ਕੇ ਸਿੱਖ ਧਰਮ ਕੇ ਹੈ, ਵੋ ਹਮਾਰੇ ਵਾਂ ਠਹਿਰੇ ਹੋਏ, ਹਮਨੇ ਕਭੀ ਇਸ ਬਾਤ ਕੋ ਨਹੀਂ ਕਰਾ। ਸੋ ਹੁਣ ਦੇਖਣਾ ਇਹ ਹੋਏਗਾ ਕਿ ਨਨਕਾਣਾ ਸਾਹਿਬ ਗੁਰਦੁਆਰੇ ਦੀ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਇਮਰਾਨ ਸਰਕਾਰ ਕੀ ਸਜ਼ਾ ਦਿੰਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ।